ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਪੰਜਾਬ ਤੋਂ ਬਰੇਲੀ। ਅਤੇ ਆਪਣਾ ਜਿਹੜਾ ਵਲੌਗ ਇੱਥੋਂ ਸ਼ੁਰੂ ਹੋ ਜਾਂਦਾ, ਆਪਾਂ ਚੱਲੇ ਹਾਂ ਮੋਗੇ ਸ਼ਹਿਰ ਤੋਂ ਅਤੇ ਆਪਾਂ ਨੂੰ ਥੋੜ੍ਹਾ ਜਿਹਾ ਕੰਮ ਆ ਉੱਥੇ ਮੈਡੀਕਲ ਦੇ ਵਿੱਚ। ਇਸੇ ਕਰਕੇ ਜਿਹੜਾ ਆਪਾਂ ਟਾਈਮ 12:24 ਹੋ ਗਏ ਆ ਅਤੇ ਆਪਾਂ ਜਿਹੜੇ ਚਾਲੇ ਪਾਤੇ ਆ ਬਰਨਾਲੇ ਵੱਲ ਨੂੰ। ਅਤੇ ਉਸ ਤੋਂ ਪਹਿਲਾਂ ਜਦੋਂ ਆਪਾਂ ਮੋਗੇ ਤੋਂ ਚੱਲੇ ਹਾਂ ਤਾਂ ਤਕਰੀਬਨ 15-16 ਕਿਲੋਮੀਟਰ ਅੱਗੇ ਆ ਕੇ ਵਧਨੀ ਸ਼ਹਿਰ ਆਉਂਦਾ ਵਾ ਅਤੇ ਇੱਧਰਲੇ ਪਾਸੇ ਵਧਨੀ ਵਾਲੀ ਜਿਹੜੀ ਗਊਸ਼ਾਲਾ ਬਣੀ ਹੋਈ ਆ ਅਤੇ ਇੱਥੇ ਵੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਵਾ, ਜਿਹੜਾ 29 ਤਰੀਕ ਨੂੰ ਭੋਗ ਪੈਣੇ ਆ। ਅਤੇ ਆਹ ਜਿਹੜਾ ਟੂਲ ਟੈਕਸ ਵੀ ਇੱਥੇ ਨਵਾਂ ਬਣਾਤਾ ਹੈਗਾ, ਇਹ ਟੂਲ ਟੈਕਸ ਪਹਿਲਾਂ ਇੱਥੋਂ 2 ਕਿਲੋਮੀਟਰ ਅੱਗੇ ਹੁੰਦਾ ਸੀ, ਇਹ ਥੋੜ੍ਹਾ ਜਿਹਾ ਹੁਣ ਇੱਧਰਲੇ ਪਾਸੇ ਕਰਤਾ। ਆਪਾਂ ਪਹੁੰਚ ਗਏ ਹਾਂ ਬਿਲਕੁਲ ਬਰਨਾਲੇ ਦੇ ਕੋਲੇ ਅਤੇ ਇੱਥੋਂ ਆਪਾਂ ਜਿਹੜਾ ਪੁਲ ਤੋਂ ਥੱਲੇ ਹੋ ਗਏ ਹਾਂ ਕਿਉਂਕਿ ਇਹ ਪੁਲ ਘੁੰਮ ਕੇ ਬਠਿੰਡੇ ਵਾਲੇ ਪਾਸੇ ਨੂੰ ਜਿਹੜਾ ਰੋਡ 'ਤੇ ਚੜ੍ਹ ਜਾਂਦਾ ਵਾ ਅਤੇ ਇੱਥੋਂ ਆਪਾਂ ਥੱਲੇ ਹੋ ਕੇ ਅਤੇ ਆਪਾਂ ਜਾਵਾਂਗੇ ਬਰਨਾਲੇ ਵਾਲੇ ਪਾਸੇ ਨੂੰ। ਬਰਨਾਲਾ ਵੀ ਆਪਾਂ ਜਿਹੜਾ ਬਾਈਪਾਸ ਕ੍ਰੋਸ ਕਰ ਜਾਣਾ ਵਾ। ਆਹ ਜਿਹੜੀ ਚਿੱਟੀ ਨੋਵਾ ਜਾਂਦੀ ਹੈ ਇਹ ਜਾਂਦੀ ਹੈ ਸਿੱਧੀ ਬਰਨਾਲੇ ਨੂੰ ਵੜ ਗਈ ਹੈ ਅਤੇ ਆਪਾਂ ਜਿਹੜਾ ਬਾਈਪਾਸ ਜਾ ਰਹੇ ਹਾਂ ਸੰਗਰੂਰ ਵਾਲੇ ਪਾਸੇ ਨੂੰ। ਸੰਗਰੂਰ ਤਕਰੀਬਨ ਇੱਥੋਂ ਜਿਹੜਾ 35 ਕਿਲੋਮੀਟਰ ਹੈਗਾ ਵਾ ਅਤੇ ਰਸਤੇ ਦੇ ਵਿੱਚ ਆਉਂਦਾ ਗੁਰਦੁਆਰਾ ਮਸਤੂਆਣਾ ਸਾਹਿਬ ਅਤੇ ਇਹਦੇ ਵੀ ਆਪਾਂ ਤੁਹਾਨੂੰ ਜਿਹੜੇ ਜਾਂਦੇ ਜਾਂਦੇ ਦਰਸ਼ਨ ਕਰਵਾ ਦਿੰਦੇ ਹਾਂ। ਇੱਥੇ ਕਾਫੀ ਭੀੜ ਰਹਿੰਦੀ ਆ, ਇੱਧਰਲੇ ਪਾਸੇ ਜਿਹੜਾ ਗੇਟ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਦਾ ਉਹ ਸਾਹਮਣੇ ਲਿਖਿਆ। ਹੁਣ ਆਪਾਂ ਪਹੁੰਚ ਗਏ ਹਾਂ ਸੰਗਰੂਰ ਬਾਈਪਾਸ ਟੱਪ ਕੇ, ਆਹ ਆ ਗਿਆ ਪਾਤੜਾਂ ਵਾਲਾ ਰੋਡ। ਇੱਥੋਂ ਜਿਹੜਾ ਪਾਤੜਾਂ ਹੈਗੀ ਆ 36 ਕਿਲੋਮੀਟਰ ਹੈਗਾ, ਜੀਂਦ 114 ਕਿਲੋਮੀਟਰ ਅਤੇ ਨਵੀਂ ਦਿੱਲੀ ਜਿਹੜੀ 265 ਕਿਲੋਮੀਟਰ ਹੈਗਾ ਵਾ ਅਤੇ ਬਾਕੀ ਜਿਹੜਾ ਖਨੌਰੀ ਬਾਰਡਰ ਆ ਉਹ ਹੈਗਾ 52 ਕਿਲੋਮੀਟਰ। ਰਸਤੇ ਜਾਂਦੇ ਜਾਂਦੇ ਪੈਣ ਲੱਗ ਪਈ ਥੋੜ੍ਹੇ ਸਨ 'ਚ ਮੀਂਹ ਅਤੇ ਮੈਨੂੰ ਤਾਂ ਲੱਗਿਆ ਬਈ ਮੀਂਹ ਚੰਗਾ ਉਪਰ ਨਹੀਂ, ਧੁੱਪ ਨਿਕਲ ਆਈ। ਅਖੀਰ ਨੂੰ ਆਪਾਂ ਜਿਹੜਾ ਪਾਤੜਾਂ ਪਹੁੰਚ ਗਏ ਹਾਂ। ਆ ਸਾਹਮਣੇ ਜਿੱਧਰ ਨੂੰ ਉਹ ਟਰੱਕ ਤੁਰਿਆ ਜਾਂਦਾ ਇੱਧਰਲੇ ਪਾਸੇ ਨੂੰ ਹੈਗਾ ਪਟਿਆਲਾ ਅਤੇ ਆਪਾਂ ਜਾਣਾ ਦਿੱਲੀ ਵਾਲੇ ਪਾਸੇ ਨੂੰ। ਅਤੇ ਆਪਾਂ ਜਦੋਂ ਪਾਤੜਾ ਲੰਘੇ ਅਤੇ ਗਾਂ ਆ ਗਿਆ ਸ਼ਹਿਰ ਖਨੌਰੀ ਅਤੇ ਇੱਥੇ ਜਿਹੜਾ ਕਵਾੜ ਬਾਜ਼ਾਰ ਬਹੁਤ ਵੱਡਾ, ਇੱਥੇ ਤੁਸੀਂ ਕੋਈ ਵੀ ਗੱਡੀ ਦਾ ਇੰਜਣ ਕੋਈ ਗੱਡੀ ਜੋ ਮਰਜ਼ੀ ਇੱਥੋਂ ਤੁਸੀਂ ਲੈ ਸਕਦੇ ਹੋ। ਬਾਡੀਆਂ ਬੋਡੀਆਂ ਕੀ A to Z ਤੁਹਾਨੂੰ ਸਾਰਾ ਸਮਾਨ ਮਿਲ ਜੂ, ਕੋਈ ਗੱਡੀਆਂ ਦਾ ਨਹੀਂ ਕੋਈ ਟਰੈਕਟਰਾਂ ਦਾ, ਜੋ ਵੀ ਲੈਣਾ ਤੁਸੀਂ ਚਾਹੁੰਦੇ ਹੋ। ਜਦੋਂ ਆਪਾਂ ਖਨੌਰੀ ਟੱਪ ਕੇ 2 ਕਿਲੋਮੀਟਰ ਅੱਗੇ ਆਉਂਦੇ ਅਤੇ ਅੱਗੇ ਆਉਂਦਾ ਪਿੰਡ ਧਾਬੀ ਗੁਜਰਾਂ ਅਤੇ ਇੱਥੋਂ ਆਪਾਂ ਜਿਹੜਾ ਸਾਈਡ 'ਤੇ ਹੋ ਜਾਣਾ ਕਿਉਂਕਿ ਸਾਹਮਣੇ ਇੱਕ ਨਾ ਉਹ ਲੱਗਿਆ ਹੋਇਆ ਵਾ ਪੁਲ ਜਿਹਾ ਬਣਿਆ ਹੋਇਆ ਨੀਲੇ ਰੰਗ ਦਾ ਅਤੇ ਉਹ ਕਿਉਂਕਿ ਗਾਂ ਖਨੌਰੀ ਬਾਰਡਰ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਹੋਇਆ ਇੱਥੇ ਧਾਬੀ ਗੁਜਰਾਂ ਪਿੰਡ ਵਿੱਚ ਦੀ ਹੋ ਕੇ ਅਤੇ ਗਾਂ ਜਿਹੜਾ ਇੱਕ ਥੋੜ੍ਹਾ ਜਿਹਾ 1.5 ਕਿਲੋਮੀਟਰ ਅੱਗੇ ਜਿਹੜਾ ਇੱਕ ਪਿੰਡ ਆਉਂਦਾ ਹੰਸ ਦੇਹਰ ਅਤੇ ਉੱਥੋਂ ਹੋ ਕੇ ਜਿਹੜਾ ਆਪਾਂ ਹਰਿਆਣੇ ਦੇ ਬਾਰਡਰ ਦੇ ਵਿੱਚ ਜਿਹੜਾ ਆਪਾਂ ਹਰਿਆਣੇ 'ਚ ਐਂਟਰੀ ਹੋ ਜਾਵਾਂਗੇ ਅਤੇ ਇੱਧਰਲੇ ਪਾਸੇ ਵੈਨ ਚੱਲੀਏ, ਇਹ ਵੀ ਉੱਧਰ ਨੂੰ ਚੱਲੀ ਆ ਕਿਉਂਕਿ ਰੋਡ ਜਿਹੜਾ ਖਨੌਰੀ ਬਾਰਡਰ ਵਾਲਾ ਜਿਹੜਾ ਹਰਿਆਣੇ ਵਾਲਾ ਅਤੇ ਪੰਜਾਬ ਵਾਲਾ ਬਾਰਡਰ ਜਿਹੜਾ ਬੰਦ ਕੀਤਾ ਹੋਇਆ ਕਿਸਾਨਾਂ ਨੇ। ਇੱਥੇ ਇੱਕ ਥੋੜ੍ਹਾ ਜਿਹਾ ਮੰਨ ਲਓ ਰਾਹ 1.5 ਕਿਲੋਮੀਟਰ ਜਿਹੜਾ ਥੋੜ੍ਹਾ ਜਿਹਾ ਕੱਚਾ ਵਾ, ਜਿਵੇਂ ਆ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਨਾ ਬੱਜਰੀ ਬੁਜਰੀ ਪਾਈ ਆ, ਵੈਸੇ ਤਾਂ ਸੜਕ ਨਹੀਂ ਇਕੱਲੀ ਬਣੀਗੀ ਅਤੇ ਇਉਂ ਥੋੜ੍ਹਾ ਜਿਹਾ ਕੱਚਾ ਵਾ ਇਹ। ਅਤੇ ਇੱਥੇ ਜਿਹੜੀ ਆ ਹੰਸ ਦੇਹਰ ਪਿੰਡ ਤੋਂ ਪਹਿਲਾਂ ਇੱਥੇ ਪੁਲਿਸਾਂ ਦਾ ਨਾਕਾ ਵੀ ਲੱਗਿਆ ਹੋਇਆ ਵਾ, ਆਹ ਆ ਗਿਆ ਹੰਸ ਦੇਹਰ ਪਿੰਡ ਅਤੇ ਇੱਥੋਂ ਜਿਹੜੀ ਸੜਕ ਬਹੁਤ ਵਧੀਆ ਜਿਹੜੀ ਬਣੀ ਹੋਈ ਆ ਅਤੇ ਥੋੜ੍ਹਾ 1.5 ਕਿਲੋਮੀਟਰ ਦਾ ਟੋਟਾ ਜਿਹੜਾ ਥੋੜ੍ਹਾ ਜਿਹਾ ਖਰਾਬ ਆ ਜੇ ਬੰਦੇ ਨੇ ਕਿਸੇ ਨੇ ਦਿੱਲੀ ਨੂੰ ਜਾਣਾ ਵਾ।
ਬਾਕੀ ਸੜਕ ਜਿਹੜੀ 1% ਮਤਲਬ ਜਮਾਂ ਵੀ ਖਰਾਬ ਨਹੀਂ 1% ਵੀ, ਅਤੇ ਇੱਥੋਂ 1.5 ਕਿਲੋਮੀਟਰ ਅੱਗੇ ਆ ਜਿਹੜਾ ਉਹ ਹੀ ਰੋਡ ਫੇਰ ਵੱਡਾ ਆ ਜਾਣਾ, ਆਹ ਆ ਗਿਆ ਵੱਡਾ ਰੋਡ। ਜੇ ਕਿਸੇ ਨੇ ਦਿੱਲੀਓਂ ਆਉਂਦੇ ਪਾਸੇ ਉਸੇ ਰੋਡ ਨੂੰ ਜਾਣਾ ਤਾਂ ਤੁਹਾਨੂੰ ਦੱਸ ਦੇ ਬਈ ਆ ਇੱਥੇ ਨਾ ਇੱਕ ਕੱਟ ਆ ਗਿਆ, ਆਹ ਉਹ ਸਾਹਮਣੇ ਇੱਕ ਟਾਵਰ ਦਿਸ ਰਿਹਾ ਉਹਦੇ ਵੇਲ ਚੜ੍ਹੀ ਹੋਈ ਆ। ਦਿੱਲੀ ਵਾਲੇ ਪਾਸੇ ਤੁਸੀਂ ਆਓਗੇ ਤਾਂ ਆਹ ਕੱਟ ਤੋਂ ਤੁਸੀਂ ਮੁੜਨਾ, ਜੇ ਤੁਸੀਂ ਸਿੱਧੇ ਲੰਘ ਜਾਓਗੇ ਤੁਸੀਂ ਸਿੱਧਾ ਕਿਸਾਨਾਂ ਦੇ ਉੱਥੇ ਪਹੁੰਚ ਜਾਓਗੇ। ਅਤੇ ਹੁਣ ਆਪਾਂ ਪਹੁੰਚ ਗਏ ਹਾਂ ਜੀਂਦ, ਅਤੇ ਆਹ ਜੀਂਦ ਦਾ ਹੈਗਾ ਬੱਸ ਸਟੈਂਡ। ਆਹ ਛੋਟੇ ਜਿਹੇ ਹੋਟਲ 'ਤੇ ਖੜ੍ਹੇ ਹਾਂ, ਇੱਥੇ ਭੁੱਖ ਲੱਗੀ ਸੀ ਅਤੇ ਹੁਣ ਚਾਹ ਪੀਂਦੇ ਹਾਂ। 3 ਘੰਟਿਆਂ ਦਾ ਜਿਹੜਾ ਸਫ਼ਰ ਆਪਣਾ ਨਿਬੜ ਗਿਆ, 12 ਵਜੇ ਆਪਾਂ ਤੁਰੇ ਸੀ ਅਤੇ 3 ਵੱਜ ਗਏ, 3 ਘੰਟੇ ਜੀਂਦ ਆ ਗਏ ਹਾਂ। 250 ਕਿਲੋਮੀਟਰ ਜਿਹੜਾ ਆਪਾਂ ਸਫ਼ਰ ਤੈਅ ਕਰ ਲਿਆ, 270। ਚਾਹ ਪਾਣੀ ਪੀ ਕੇ ਫਿਰ ਤੁਰ ਪਏ ਸੀ ਅਤੇ ਆਹ ਸਾਹਮਣੇ ਆ ਜਾਂਦਾ ਜੀਂਦ, ਅਤੇ ਆਪਾਂ ਜਿਹੜਾ ਬਾਈਪਾਸ ਜਿਹੜਾ ਰੋਹਤਕ ਨੂੰ ਇੱਥੋਂ ਜਿਹੜਾ ਸਿੱਧੇ ਹੋ ਗਏ ਹਾਂ, ਅਤੇ ਰੋਹਤਕ ਇੱਥੋਂ ਜਿਹੜਾ 60 ਕਿਲੋਮੀਟਰ ਅੱਗੇ ਹੈਗਾ, ਆਹ ਪੰਜਾਬ ਰੋਡਵੇਜ਼ ਵੀ ਜਿਹੜੀ ਦਿੱਲੀ ਨੂੰ ਜਾ ਰਹੀ ਆ, ਅਤੇ ਪੰਜਾਬ ਦੇ ਵਿੱਚੋਂ ਜਿਹੜੀਆਂ ਮਸ਼ੀਨਾਂ ਬਣ ਬਣ ਕੇ ਜਿਹੜੀਆਂ ਇਹ ਵੀ MP UP ਨੂੰ ਜਿਹੜੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਬਾਈ। ਅਤੇ ਆਪਾਂ ਪਹੁੰਚ ਗਏ ਹਾਂ ਰੋਹਤਕ 1.5 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ, ਅਤੇ ਇੱਥੋਂ ਆਪਾਂ ਰੋਹਤਕ ਤੋਂ ਵੀ ਜਿਹੜਾ ਬਾਈਪਾਸ ਜਾਵਾਂਗੇ। ਰੋਹਤਕ ਸ਼ਹਿਰ ਦੇ ਵਿੱਚ ਨਹੀਂ ਵੜਨਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਰੋਹਤਕ ਸ਼ਹਿਰ ਦੇ ਵਿੱਚ, ਅਤੇ ਇੱਥੋਂ ਆਪਾਂ ਬਾਈਪਾਸ ਜਾ ਕੇ ਅਤੇ ਤੁਹਾਨੂੰ ਆਪਾਂ ਦਿਖਾਉਣੇ ਅਗਲੇ ਪਾਸੇ। ਇਹ ਵੀ ਜਿਹੜਾ ਇੱਥੇ ਚੌਂਕ ਬਣਿਆ ਹੋਇਆ, ਪਹਿਲਾਂ ਇਹ ਸੜਕ ਨਾ ਜਿਹੜੀ ਬਾਈਪਾਸ ਵਾਲੀ ਟੁੱਟੀ ਹੁੰਦੀ ਸੀ, ਪਰ ਹੁਣ ਇਹ ਜਿਹੜਾ ਸੜਕ ਵੀ ਜਿਹੜੀ ਬਹੁਤ ਵਧੀਆ ਬਣ ਗਈ ਆ, ਅਤੇ ਬੇਫਿਕਰ ਹੋ ਕੇ ਤੁਸੀਂ ਬਾਈਪਾਸ ਜਿਹੜਾ ਤੁਸੀਂ ਆ ਸਕਦੇ। ਅੱਗੇ ਗੁਹਾਨੇ ਬਹਾਦਰਗੜ੍ਹ ਵਾਲਾ ਜਿਹੜਾ ਰੋਡ ਆਊਗਾ, ਆਹ ਸਾਹਮਣੇ ਜਿਹੜਾ ਪੁਲ ਜਾ ਰਿਹਾ ਵਾ, ਇਹ ਗੁਹਾਨੇ ਵਾਲਾ ਅਤੇ ਬਹਾਦਰਗੜ੍ਹ ਵਾਲਾ ਨੂੰ ਮਿਲਾਉਂਦਾ ਵਾ ਆਪਸ 'ਚ, ਅਤੇ ਆਪਾਂ ਪੁਲ ਦੇ ਥੱਲੇ ਦੀ ਹੋ ਕੇ ਅਤੇ ਆਪਾਂ ਜਿਹੜਾ ਬਹਾਦਰਗੜ੍ਹ ਦਿੱਲੀ ਵਾਲੇ ਪਾਸੇ ਨੂੰ ਜਿਹੜਾ ਹੋ ਜਾਵਾਂਗੇ। ਅਤੇ ਆਹ ਜਿਹੜੀ ਕਾਰ ਵੀ ਉੱਧਰ ਨੂੰ ਜਾ ਰਹੀ ਹੈ, UP ਨੰਬਰ ਇਹਦਾ, ਅਤੇ ਸਾਹਮਣੇ ਤੁਹਾਨੂੰ ਦੱਸਾਂਗੇ ਵੀ ਇੱਧਰੋਂ ਆਪਾਂ ਜਿਹੜਾ ਸੱਜੇ ਹੱਥ ਮੁੜਾਂਗੇ ਅਤੇ ਖੱਬੇ ਹੱਥ ਜਿਹੜਾ ਗੁਹਾਨਾ ਰਹਿ ਜਾਂਦਾ ਸ਼ਹਿਰ, ਅਤੇ ਆਹ ਸਾਹਮਣੇ ਜਿਹੜਾ ਬਿਲਕੁਲ ਇੱਥੋਂ 25 ਕਿਲੋਮੀਟਰ ਅੱਗੇ ਜਿਹੜਾ ਬਹਾਦਰਗੜ੍ਹ ਸ਼ਹਿਰ ਆ, ਆਪਾਂ ਬਿਲਕੁਲ ਜਿਹੜਾ ਬਹਾਦਰਗੜ੍ਹ ਦੇ ਸ਼ਹਿਰ ਦੇ ਜਿਹੜਾ ਦਿੱਲੀ ਦੇ ਨੇੜੇ ਪਹੁੰਚ ਗਏ ਹਾਂ, ਅਤੇ ਟ੍ਰੈਫਿਕ ਇੱਥੋਂ ਜਿਹੜਾ ਵਧਣਾ ਸ਼ੁਰੂ ਹੋ ਗਿਆ, ਕਿਉਂਕਿ ਤੁਹਾਨੂੰ ਪਤਾ ਵੀ ਦਿੱਲੀ ਹੋਵੇ ਅਤੇ ਟ੍ਰੈਫਿਕ ਨਾ ਹੋਵੇ ਇਹ ਕਦੇ ਹੋ ਨਹੀਂ ਸਕਦਾ। ਅਤੇ ਆਹ ਜਿਹੜਾ ਟੂਲ ਟੈਕਸ ਵੀ ਤੁਹਾਨੂੰ ਰਾਹ 'ਚ ਬਹੁਤ ਮਿਲਣਗੇ ਟੂਲ ਟੈਕਸ, ਅਤੇ ਅਸੀਂ ਤਾਂ ਅਜੇ ਅੱਧੇ ਟੂਲ ਟੈਕਸਾਂ ਦੀ ਵੀਡੀਓ ਬਣਾਈ ਨਹੀਂ ਗਈ। ਆਹ ਟੂਲ ਟੈਕਸ ਫਿਲਹਾਲ ਹਜੇ ਬੰਦ ਆ, ਚੱਲ ਨਹੀਂ ਰਿਹਾ ਗਾ, 1-2 ਦਿਨਾਂ ਵਾਸਤੇ ਕਹਿੰਦੇ ਸੀ ਬੰਦ ਆ। ਅਤੇ ਇੱਥੋਂ ਹੁਣ ਅਸੀਂ ਜਾਣਾ ਰਿੰਗ ਰੋਡ 'ਤੇ, ਜਿਹੜਾ ਦਿੱਲੀ ਦਾ ਰਿੰਗ ਰੋਡ ਆ, ਦਿੱਲੀ ਦੇ ਆਸੇ ਪਾਸੇ ਘੁੰਮਦਾ ਵਾ। ਆਹ ਟਰੱਕ ਵਾਲੇ ਨੇ ਵੇਖ ਲਓ ਯਾਰ ਕਿੱਧਰ, ਇਹਨੇ ਵੇਖਿਆ ਨਹੀਂ ਗਾ, ਚਲੋ ਕੋਈ ਨਹੀਂ। ਅਤੇ ਇਹ ਵੀ ਜਿਹੜਾ ਮੰਨ ਲਓ ਇਹਨੇ ਕੁੰਡਲੀ ਬਾਰਡਰ ਨੂੰ ਜਾਣਾ ਵਾ, ਅਤੇ ਇਸੇ ਕਰਕੇ ਜਿਹੜਾ ਇੱਧਰਲੇ ਪਾਸੇ ਦੀ ਇਹ ਘੁੰਮ ਰਿਹਾ ਵਾ। ਅਤੇ ਇਹ ਜਿਹੜਾ ਰਿੰਗ ਰੋਡ ਆ ਗਾਂ, ਇਹਦੇ ਮਤਲਬ ਇਹ ਗੜਗਾਉਂ ਨੂੰ ਵੀ ਜਾ ਵੜਦਾ ਗਾ ਇਹਦੇ ਥੱਲੇ ਦੀ, ਅਤੇ ਆਪਾਂ ਇੱਥੋਂ ਘੁੰਮ ਕੇ 1 ਕਿਲੋਮੀਟਰ ਜਾਣਾ ਗੜਗਾਉਂ ਵਾਲੇ ਪਾਸੇ ਨੂੰ, ਕਿਉਂਕਿ ਉੱਥੇ ਲੱਗਾ ਹੋਇਆ ਇੱਕ ਟੂਲ ਟੈਕਸ। ਟੂਲ ਟੈਕਸ ਵਿੱਚ ਦੀ ਹੋ ਕੇ ਫਿਰ ਆਪਾਂ ਜਿਹੜਾ ਰਿੰਗ ਰੋਡ 'ਤੇ ਵੱਡੇ 'ਤੇ ਚੜ੍ਹਾਂਗੇ, ਅਤੇ ਦਿਨ ਵੀ ਜਿਹੜਾ ਛਿਪਦਾ ਜਾਂਦਾ ਵਾ, ਜਦੋਂ ਨੂੰ ਆਪਾਂ ਗਾਜ਼ੀਆਬਾਦ ਵਾਲੇ ਰੋਡ 'ਤੇ ਜਾਣਾ ਉਦੋਂ ਨੂੰ ਤਕਰੀਬਨ ਜਿਹੜਾ ਹਨੇਰਾ ਹੋ ਜਾਣਾ ਵਾ ਆਪਾਂ ਨੂੰ, ਅਤੇ ਉਹ ਸਾਹਮਣੇ ਦੂਜੇ ਪਾਸੇ ਰੋਡ ਜਾ ਰਿਹਾ ਆਪਾਂ ਉੱਧਰਲੇ ਪਾਸੇ ਆਉਣਾ ਵਾ, ਹੈ ਨਾ, ਉਹ ਜਿਹੜੇ ਸੂਰਜ ਵਾਲੇ ਪਾਸੇ, ਅਤੇ ਉਹ ਸਾਹਮਣੇ ਟਰੱਕ ਤੁਰੇ ਜਾਂਦੇ, ਤੁਹਾਨੂੰ ਜ਼ੂਮ ਕਰਕੇ ਵਿਖਾਤਾ ਵਾ ਹੋਵੇ। ਅਤੇ ਹੁਣ ਸਾਹਮਣੇ ਆ ਗਿਆ ਇੱਧਰਲੇ ਪਾਸੇ ਟੂਲ ਟੈਕਸ, ਇਹ ਆਪਾਂ ਟੂਲ ਟੈਕਸ ਜਿਹੜਾ ਫਿਰ ਜਾ ਕੇ ਅਤੇ ਦੂਜੇ ਪਾਸੇ ਦੀ ਆਪਾਂ ਤੁਹਾਨੂੰ ਆਪਾਂ ਰਿੰਗ ਰੋਡ 'ਤੇ ਜਿਹੜਾ ਚੜ੍ਹਾਂਗੇ, ਅਤੇ ਆਹ ਗੱਡੀਆਂ ਗੁੱਡੀਆਂ ਸਾਰੀਆਂ ਜਿਹੜੇ ਇੱਧਰ ਦੀ ਲੰਘਦੀਆਂ, ਕਿਉਂਕਿ ਟੂਲ ਤੋਂ ਬਿਨਾਂ ਗੱਡੀ ਰਿੰਗ ਰੋਡ 'ਤੇ ਚੜ੍ਹ ਨਹੀਂ ਸਕਦੀ। ਅਤੇ ਉਹ ਜਿਹੜੀ ਚਿੱਟੀ ਗੱਡੀ ਆ ਇਹ ਤਾਂ ਚੱਲੀ ਆ ਗੜਗਾਉਂ ਵਾਲੇ ਪਾਸੇ ਨੂੰ, ਆਪਾਂ ਜਾਣਾ ਪੁਲ 'ਤੇ ਚੜ੍ਹ, ਅਤੇ ਇੱਥੋਂ ਇਹ ਪੁਲ ਘੁੰਮੀ ਜਾਣਾ ਉੱਪਰ ਦੀ, ਕਿਉਂਕਿ ਇਹਦੇ ਥੱਲੇ ਦੀ ਲੰਘ ਰਿਹਾ ਜਿਹੜਾ ਗੜਗਾਉਂ ਵਾਲਾ, ਜਿਹੜੀ ਸੜਕ ਲੰਘ ਰਹੀ ਆ,
ਅਤੇ ਆਹ ਜਿਹੜੇ ਟਰੱਕ ਆ ਇਹ ਆ ਰਹੇ ਆ ਕੁੰਡਲੀ ਵਾਲੇ ਬਾਰਡਰ ਤੋਂ ਉੱਧਰਲੇ ਪਾਸੋਂ ਸ਼ੰਭੂ ਵਾਲੇ ਬਾਰਡਰ, ਅਤੇ ਆਹ ਸਾਹਮਣੇ ਇੱਧਰ ਤੁਹਾਨੂੰ ਦਿਖਾਉਂਦੇ ਆ ਆਹ ਹੈਗਾ ਗੜਗਾਓਂ ਵਾਲਾ ਰੋਡ, ਠੀਕ ਆ। ਅਤੇ ਇੱਧਰਲੇ ਪਾਸੇ ਲੋਕਾਂ ਦੀਆਂ ਪੈਲੀਆਂ ਪੂਲੀਆਂ, ਅਤੇ ਆਹ ਗੱਡੀ ਹੁਣ ਆਪਾਂ ਘੁੰਮ ਕੇ ਆ ਗਏ ਹਾਂ ਰੈਂਗ ਰੋਡ 'ਤੇ ਕੁੰਡਲੀ ਬਾਰਡਰ ਵਾਲੇ ਪਾਸੇ ਨੂੰ। ਅਤੇ ਇਸ ਰੋਡ 'ਤੇ ਜ਼ਿਆਦਾਤਰ ਜਿਹੜੇ ਟਰੱਕ ਜਾਂ ਕਾਰਾਂ ਚੱਲਦੀਆਂ, ਬੱਸਾਂ ਬੁੱਸਾਂ ਵਾਲਾ ਕੋਈ ਮਤਲਬ ਨਹੀਂ ਇੱਥੇ ਵੀ ਕੋਈ ਬੱਸ ਆ ਜੂ, ਕਿਉਂਕਿ ਨਾ ਤਾਂ ਇੱਥੇ ਕੋਈ ਬੱਸ ਚੱਲਦੀ ਆ ਕੋਈ, ਵੈਸੇ ਮੰਨ ਲਓ ਆ ਜੇ ਤਾਂ ਆ ਜੇ, ਪਰ ਆ ਰੈਂਗ ਰੋਡ ਦਾ ਵੀ ਕੰਮ ਚੱਲ ਰਿਹਾ, ਕਿਉਂਕਿ ਨਾ ਇੱਥੋਂ ਇੱਕ ਸੋਨੀਪਤ ਤੋਂ ਜਿਹੜਾ ਆਪਣਾ ਸਿੱਧਾ ਜੀਂਦ ਵਾਲੇ ਪਾਸੇ ਨੂੰ ਜਿਹੜਾ ਰੋਡ ਕੱਢਿਆ ਜਾ ਰਿਹਾ ਰੋਹਤਕ ਅਤੇ ਜੀਂਦ ਦੇ ਵਿਚਾਲੇ, ਰੋਹਤਕ ਤੱਕ ਹੀ ਮੰਨ ਲਓ, ਅਤੇ ਉਹ ਰੋਡ ਕੱਢਿਆ ਜਾ ਰਿਹਾ ਵਾ, ਇਸ ਕਰਕੇ ਨਾ ਇਹ ਇੱਥੇ ਪੁਲ ਬੰਦ ਆ ਵਾ। ਅਤੇ ਹੁਣ ਆਪਾਂ ਰੈਂਗ ਰੋਡ 'ਤੇ ਆ ਗਏ ਸੀਗੇ, ਇੱਕ ਟੂਲ ਟੈਕਸ ਇੱਥੇ ਆ, ਇਹ ਟੂਲ ਟੈਕਸ ਵੀ ਜਿਹੜਾ ਬੰਦ ਪਿਆ ਵਾ, ਕਿਉਂਕਿ ਉਹ ਰੋਡ ਬੰਦਾ ਕਰਕੇ ਪੁਲ ਬੰਦਾ ਕਰਕੇ ਟੂਲ ਨਹੀਂ ਲੈਣਗੇ। ਆਹ ਆ ਗਈਆਂ ਦਿੱਲੀ ਦੀਆਂ ਬਿਲਡਿੰਗਾਂ, ਕੁੰਡਲੀ ਬਾਰਡਰ 'ਤੇ ਆਪਾਂ ਜਿਹੜਾ ਪਹੁੰਚ ਗਏ ਹਾਂ, ਇਹ ਵੱਡੀਆਂ ਵੱਡੀਆਂ ਇਮਾਰਤਾਂ ਜਿਹੜੀਆਂ ਦਿੱਲੀ ਦੀਆਂ ਆ ਗਈਆਂ। ਆਹ ਸਾਹਮਣੇ ਜਿਹੜਾ ਰੈਂਗ ਰੋਡ ਹੀ ਆ, ਅਤੇ ਇੱਥੋਂ ਥੋੜ੍ਹਾ ਜਿਹਾ ਦੂਰ ਰਹਿ ਗਿਆ ਗਾਜ਼ੀਆਬਾਦ, ਯਾਨੀ ਕਿ 28 ਕਿਲੋਮੀਟਰ ਆਪਾਂ ਨੂੰ ਦੂਰ ਆ, ਅਤੇ ਪਰ ਆਪਾਂ ਉੱਥੋਂ ਮੁਰਾਦਾਬਾਦ ਵਾਲੇ ਰੋਡ 'ਤੇ ਜਾਵਾਂਗੇ। ਹਨੇਰਾ ਵੀ ਹੋ ਚੱਲਿਆ ਵਾ ਅਤੇ ਦਿਨ ਕਾਫੀ ਜਿਹੜਾ ਛਿਪ ਗਿਆ, ਬਾਕੀ ਆਪਾਂ ਤੁਹਾਨੂੰ ਵਿਊ ਵਿਖਾਉਂਦੇ ਹਾਂ। ਆਹ ਵੇਖੋ ਕਿੰਨਾ ਸੋਹਣਾ ਵਿਊ, ਸੰਤਰੀ ਸੰਤਰੀ ਜਿਹੜੇ ਬੱਦਲ ਬਣੇ ਹੋਏ ਆ, ਇਹ ਹੈਗੇ ਆ ਚੜ੍ਹਦੇ ਵਾਲੇ ਪਾਸੇ ਨੂੰ। ਅਤੇ ਆਹ ਆ ਗਿਆ ਟੂਲ ਟੈਕਸ, ਅਤੇ ਆਪਾਂ ਹੁਣ ਟੂਲ ਟੈਕਸ ਤੋਂ ਉਤਰਾਂਗੇ ਥੱਲੇ, ਅਤੇ ਇੱਥੋਂ ਜਾਵਾਂਗੇ ਆਪਾਂ ਮੁਰਾਦਾਬਾਦ ਵਾਲੇ ਪਾਸੇ ਨੂੰ। ਅਤੇ ਤਕਰੀਬਨ ਇਸ ਟੂਲ ਟੈਕਸ ਤੋਂ ਜਦੋਂ ਆਪਾਂ ਰਿੰਗ ਰੋਡ ਤੋਂ ਉਤਰਦੇ ਹਾਂ, 140 ਕਿਲੋਮੀਟਰ ਜਿਹੜਾ ਦੂਰ ਹੈਗਾ ਜਿਹੜਾ ਉਹ ਹੈਗਾ ਮੁਰਾਦਾਬਾਦ, ਅਤੇ ਉਸ ਤੋਂ ਗਾਂਹ ਰਾਮਪੁਰ, ਫਿਰ ਗਾਂਹ ਜਾ ਕੇ ਬਰੇਲੀ ਆਉਂਦਾ ਵਾ। ਅਤੇ ਆਹ ਦੇਖ ਲਓ ਲਖਨਊ 478, ਕਾਂਚੀਪੁਰ 192 ਅਤੇ ਅਮਰੋਹਾ 105 ਕਿਲੋਮੀਟਰ ਆ। ਅਤੇ ਦਿਨ ਛਪਦੇ ਨੂੰ ਆਪਾਂ ਇੱਕ ਟੂਲ ਟੈਕਸ ਹੋਰ ਆ ਗਏ, ਇੱਥੇ ਇੰਨਾ ਕੁ ਇਕੱਠ ਜਿਹੜਾ ਗੱਡੀਆਂ ਕਾਰਾਂ ਦਾ ਹੈਗਾ ਨਾ, ਸਾਹਮਣੇ ਇੱਕ ਐਂਬੂਲੈਂਸ ਜਾ ਰਹੀ ਆ, ਵੇਖ ਲਓ ਲੋਕ ਐਡੇ ਕੁ ਹੈਗੇ ਆ ਨਾ ਮੂਰਖ, ਆ ਬਈ ਰਾਹ ਨਹੀਂ ਦੇ ਰਹੇ ਐਂਬੂਲੈਂਸ ਨੂੰ, ਅਤੇ ਆ ਵੇਖ ਲਓ ਉਹ ਵਿਚਾਲੇ ਫਸੀ ਖੜੀ ਆ। ਜਾਂ ਟੂਲ ਟੈਕਸ ਵਾਲਿਆਂ ਨੂੰ ਚਾਹੀਦਾ ਵੀ ਕੋਈ ਲੈਨ ਸਪੈਸ਼ਲ ਹੋਵੇ, ਕੋਈ ਸਪੈਸ਼ਲ ਲੈਨ ਨਹੀਂ ਗੀ, ਬਸ ਜਿੱਥੇ ਮੰਨ ਲਓ ਖੜ੍ਹ ਗਈ ਐਂਬੂਲੈਂਸ ਖੜ੍ਹ ਗਈ, ਅਤੇ ਨਹੀਂ ਤਾਂ ਬਸ ਸੀਗਾ ਰੱਬ ਦਾ ਨਾਮ ਆ। ਅਤੇ ਆ ਵੇਖ ਲਓ ਕਿੰਨੀਆਂ ਗੱਡੀਆਂ ਖੜ੍ਹੀਆਂ, ਮੂਹਰੇ ਬੱਸ ਖੜ੍ਹੀ ਆ, ਅਤੇ ਕਿਸੇ ਨੂੰ ਕੋਈ ਮਤਲਬ ਨਹੀਂ, ਹੂਟਰ ਜਿਹੜਾ ਐਂਬੂਲੈਂਸ ਦਾ ਚੱਲੀ ਜਾਂਦਾ ਵਾ। ਅਤੇ ਘੱਟੋ ਘੱਟ ਵੀ ਆ ਵੇਖ ਲਓ ਹੁਣ 10 ਮਿੰਟਾਂ ਬਾਅਦ ਹੁਣ ਆ ਟੂਲ ਟੈਕਸ ਤੋਂ ਜਿਹੜੀ ਗੱਡੀ ਐਂਬੂਲੈਂਸ ਲੰਘੀ ਆ, ਅਤੇ ਹੁਣ ਆਪਾਂ ਵੀ ਜਿਹੜਾ ਟੱਪ ਗਏ ਸੀਗੇ ਟੂਲ ਟੈਕਸ, ਅਤੇ ਹਨੇਰਾ ਕਾਫੀ ਹੋ ਗਿਆ। ਰੁਦਰਪੁਰ 192 ਕਿਲੋਮੀਟਰ ਆ, ਅਤੇ ਹਨੇਰਾ ਹੋ ਚੱਲਿਆ, ਲਾਈਟਾਂ ਲੂਟਾਂ ਜਿਹੜੀਆਂ ਗੱਡੀਆਂ ਨੇ ਸਾਰਿਆਂ ਨੇ ਜਗਾ ਲਈਆਂ ਆਪਦੀਆਂ ਆਪਣੀਆਂ, ਅਤੇ ਕਿਉਂਕਿ ਇੱਕ ਤਾਂ ਰੋਡ 'ਤੇ ਲਾਈਟਾਂ ਲੱਗੀਆਂ ਦਾ ਬਹੁਤ ਫਾਇਦਾ। ਅਤੇ ਹੁਣ ਆ ਕੇ ਆਪਾਂ ਸ਼ਿਵਾ ਢਾਬਾ ਆ ਗਿਆ, ਇੱਥੇ ਹੁਣ ਆਪਾਂ ਇੱਕ ਤਾਂ ਰੋਟੀ ਪਾਣੀ ਖਾਵਾਂਗੇ, ਅਤੇ ਕਾਫੀ ਜਿਹੜਾ ਟਾਈਮ ਹੋ ਗਿਆ ਵਾ, ਅਤੇ ਨਾਲੇ ਅੱਧਾ ਕੁ ਘੰਟਾ ਰੈਸਟ ਕਰਾਂਗੇ। ਗੱਡੀ ਕਾਫੀ ਚਲਾ ਲਈ ਆ, ਤਕਰੀਬਨ 550-600 ਕਿਲੋਮੀਟਰ ਗੱਡੀ ਚੱਲ ਗਈ ਆ। ਅਤੇ ਇੱਥੇ ਇਹ ਢਾਬਾ ਬਹੁਤ ਸੋਹਣਾ ਬਣਿਆ ਹੋਇਆ, ਗੱਡੀਆਂ ਜਿਹੜੀਆਂ ਯੂਪੀ ਨੂੰ ਜਾਂਦੀਆਂ, ਉੱਤਰਾਖੰਡ ਨੂੰ ਜਾਂਦੀਆਂ ਨਾ, ਇੱਥੇ ਰੋਟੀ ਪਾਣੀ ਖਾ ਕੇ ਜਾਂਦੇ। ਸ਼ਿਵਾ ਢਾਬਾ ਮੁਰਾਦਾ ਹੂਪੜ ਸ਼ਹਿਰ ਆ ਜਿਹੜਾ ਇਹ, ਅਤੇ ਥੋੜ੍ਹਾ ਜਿਹਾ ਅਤੇ ਇੱਥੇ ਥੋੜ੍ਹਾ ਜਿਹਾ ਅੱਗੇ ਜਾ ਕੇ ਹੂਪੜ ਸ਼ਹਿਰ ਤੋਂ ਜਿਹੜਾ ਇਹ ਸ਼ਿਵਾ ਢਾਬਾ ਬਣਿਆ ਹੋਇਆ ਵਾ, ਇੱਧਰਲੇ ਪਾਸੇ ਬਣੇ ਹੋਏ ਵਾਸ਼ਰੂਮ, ਅਤੇ ਲੋਕ ਇੱਥੇ ਸੈਲਫੀਆਂ ਲੈ ਰਹੇ ਆ, ਕਿਉਂਕਿ ਇੱਥੇ ਆਹ ਸਾਹਮਣੇ ਫੁਹਾਰਾ ਜਿਹੇ ਬਣੇ ਹੋਏ ਆ, ਅਤੇ ਬਹੁਤ ਵਧੀਆ ਸਾਫ਼ ਸਫਾਈ ਆ, ਅਤੇ ਦੇਖ ਸਕਦੇ ਹੋ। ਅਤੇ ਹੁਣ ਰੋਟੀ ਪਾਣੀ ਖਾ ਕੇ ਆਪਾਂ ਜਿਹੜਾ ਤੁਰ ਪਏ ਸੀਗੇ ਫਿਰ ਮੁਰਾਦਾਬਾਦ ਵਾਲੇ ਪਾਸੇ ਨੂੰ, ਅਤੇ ਇਹ ਹੈਗਾ ਮੁਰਾਦਾਬਾਦ ਵਾਲਾ ਜਿਹੜਾ ਬਾਈਪਾਸ, ਅਤੇ ਇੱਥੇ ਵੀ ਜਿਹੜਾ ਰੋਡ ਦਾ ਕੰਮ ਬਈ ਕਾਫੀ ਚੱਲ ਰਿਹਾ। ਜੇ ਤੁਸੀਂ ਇੱਧਰ ਨੂੰ ਆਉਣੇ ਹੋ ਤਾਂ ਮਾੜਾ ਮੋਟਾ ਧਿਆਨ ਰੱਖਿਆ ਜੋ, ਕਿਉਂਕਿ ਕੰਮ ਕਈ ਥਾਵਾਂ 'ਤੇ ਰੋਡ ਪੱਟਿਆ ਪੁੱਟਿਆ ਹੋਇਆ ਵਾ,
ਅਤੇ ਰਾਮਪੁਰ ਇੱਥੋਂ ਜਿਹੜਾ 20 ਕਿਲੋਮੀਟਰ ਰਹਿ ਗਿਆ, ਕਾਂਸ਼ੀਪੁਰ ਜਿਹੜਾ 50 ਕਿਲੋਮੀਟਰ ਰਹਿ ਗਿਆ ਵਾ, ਅਤੇ ਬਸ ਆਪਾਂ ਜਿਹੜਾ ਪਹੁੰਚਣ ਵਾਲੇ ਹਾਂ। ਇੱਧਰ ਵੇਖ ਲਓ ਬਾਈ ਜੀ, ਲਾਈਟਾਂ ਲੂਟਾਂ ਜਿਹੜੀਆਂ ਓਕੇ ਆ। ਇਹ ਨਹੀਂ ਬਈ ਆਪਣੇ ਸਾਡੇ ਪਿੰਡ ਤਾਂ ਜਿਹੜੀਆਂ ਲਾਈਟਾਂ ਆ ਜਿਹੜੀਆਂ ਟੂਲ ਟੈਕਸ ਵਾਲਿਆਂ ਨੇ ਬੰਦ ਕਰ ਰੱਖੀਆਂ, ਵੀ ਬਿੱਲ ਭਰਨਾ ਪਊਗਾ ਅਤੇ ਕੋਈ ਹਾਲ ਨਹੀਂ। ਅਤੇ ਪਰ ਇੱਕ ਗੱਲ ਯੂਪੀ ਦੀ ਵਧੀਆ ਬਾਈ ਜੀ, ਆ ਲਾਈਟਾਂ ਜਿੱਥੇ ਲੱਗੀਆਂ ਤਕਰੀਬਨ ਸਾਰੇ ਰੋਡ 'ਤੇ ਲੱਗੀਆਂ ਹੀ ਲੱਗੀਆਂ ਬਾਈ ਜੀ। ਅੱਧੀਆਂ ਮਤਲਬ ਜੇ ਟਰੱਕ ਦੀਆਂ ਦੋ ਲਾਈਟਾਂ ਤਾਂ ਇੱਕ ਛੱਡ ਕੇ ਵੀ ਮੰਨ ਲਓ ਜਿੱਥੇ ਮਰਜ਼ੀ ਲਈ ਫਿਰੋ ਬਾਈ ਜੀ, ਕੋਈ ਚੱਕਰ ਨਹੀਂ ਮੋਟਰਸਾਈਕਲ ਵਾਂਗੂ। ਅਤੇ ਆਹ ਲਾਈਟਾਂ ਸਾਰੀਆਂ ਤਕਰੀਬਨ ਬਹੁਤ ਫਾਇਦਾ ਇਹਨਾਂ ਲਾਈਟਾਂ ਦਾ। ਅਤੇ ਹੁਣ ਆਪਾਂ ਜਿਹੜਾ ਬਿਲਕੁਲ ਬਰੇਲੀ ਦੇ ਕੋਲ ਪਹੁੰਚ ਗਏ, ਅਤੇ ਇੱਥੋਂ ਆਪਾਂ ਜਿਹੜੀਆਂ ਗੱਡੀਆਂ ਮੁੜ ਰਹੀਆਂ, ਇੱਥੋਂ ਆਪਾਂ ਹੁਣ ਜਾਵਾਂਗੇ ਮੈਡੀਕਲ ਵਾਲੇ ਪਾਸੇ ਨੂੰ, ਅਤੇ ਅੱਗੇ ਪਿੱਛੇ ਵੇਖ ਕੇ ਕਿਉਂਕਿ ਇੱਥੇ ਹਨੇਰਾ ਕਾਫੀ ਹੋ ਗਿਆ, 10:30 ਦਾ ਟਾਈਮ ਹੋ ਗਿਆ ਵਾ। ਅਤੇ ਇੱਧਰਲੇ ਪਾਸੇ ਜਿਹੜਾ ਮੈਡੀਕਲ ਦਾ ਜਿਹੜਾ ਇਹ ਬਣਿਆ ਹੋਇਆ ਵਾ ਗੇਟ, ਅਤੇ ਇੱਥੋਂ ਆਪਾਂ ਬਰੇਲੀ ਐਂਟਰੀ ਕਰ ਲਈ ਆ। ਅਤੇ ਲਾਈਟਾਂ ਲੂਟਾਂ ਜਿਹੜੀਆਂ ਇੱਧਰਲੇ ਪਾਸੇ ਵੀ ਬਾਈ ਜਿਹੜੀਆਂ ਵਧੀਆ, ਪੂਰਾ ਕੰਮ ਫਿੱਟ ਕੀਤਾ ਹੋਇਆ ਵਾ, ਹੈ ਨਾ, ਅਤੇ ਬਹੁਤ ਸੋਹਣਾ ਕੰਮ ਆ। ਅਤੇ ਫਿਲਹਾਲ ਆਪਾਂ ਜਿਹੜਾ ਪਹੁੰਚ ਗਏ ਹਾਂ ਵੀ ਬਰੇਲੀ ਦੇ ਇੰਟਰਨੈਸ਼ਨਲ ਜਿਹੜਾ ਮੈਡੀਕਲ ਦੇ ਵਿੱਚ, ਅਤੇ ਇਹਦਾ ਗੇਟ ਹੈਗਾ ਦੂਜੇ ਪਾਸੇ, ਅਤੇ ਆਪਾਂ ਘੁੰਮ ਕੇ ਜਿਹੜਾ ਉੱਤੋਂ ਦੀ ਜਾਵਾਂਗੇ। ਇੱਧਰ ਵੇਖੋ ਆਹ ਹੈਗਾ ਕੈਂਸਰ ਵਿਭਾਗ, ਇੱਥੇ ਲਿਖਿਆ ਹੋਇਆ ਸੀ। ਅਤੇ ਆਹ ਸਾਹਮਣੇ ਜਾਂਦਾ ਬਰੇਲੀ ਨੂੰ ਸ਼ਹਿਰ ਨੂੰ ਰੋਡ, ਅਤੇ ਆਹ ਆ ਗਿਆ ਮੈਡੀਕਲ, ਇੱਥੇ ਬੱਚੇ ਪੜ੍ਹਦੇ ਵੀ ਆ, ਅਤੇ ਨਾਲੇ ਹਸਪਤਾਲ ਆ ਸਰਕਾਰੀ। ਅਤੇ ਬਹੁਤ ਵਧੀਆ ਜਿਹੜਾ ਇਹਨਾਂ ਦਾ ਇਹ ਰੂਲ ਬਣਾਇਆ ਬਈ, ਗੇਟ ਬੰਦ ਕਰ ਦਿੰਦੇ ਨਾਲ ਦੀ ਨਾਲ, ਕੋਈ ਬੰਦਾ ਆ ਨਹੀਂ ਸਕਦਾ ਗਾ। ਅਸੀਂ ਆਪਦਾ ਕੰਮ ਕਰ ਕਰ ਬੈਠੀ ਹੋ ਗਿਆ, ਅਤੇ ਹੁਣ ਅਸੀਂ ਆ ਪਹੁੰਚ ਗਏ ਆਪਣਾ ਪੰਜਾਬ ਢਾਬਾ। ਟਾਈਮ ਹੋ ਗਿਆ 1:00 ਬਾਈ ਜੀ, ਹੁਣ ਜਿਹੜਾ ਆਪਾਂ ਕਰਦੇ ਹਾਂ ਵਲੌਗ ਸਮਾਪਤ, ਇੱਥੇ ਚਾਹ ਪਾਣੀ ਪੀਵਾਂਗੇ ਅਤੇ ਘੰਟਾ ਕੁ ਕਰਾਂਗੇ ਰੈਸਟ, ਅਤੇ ਫਿਰ ਪਾਵਾਂਗੇ ਪਿੰਡ ਨੂੰ ਚਾਲੇ। ਅੱਜ ਬਹੁਤ ਥੱਕ ਗਏ ਹਾਂ, ਤੇ ਸਫ਼ਰ ਜਿਹੜਾ 750 ਕਿਲੋਮੀਟਰ ਦਾ ਅੱਜ ਤੈਅ ਕੀਤਾ ਵਾ, ਤੇ ਰੋਟੀ ਪਾਣੀ ਦਾ ਕੰਮ ਇੱਕ ਹੀ ਹੋਣਾ। ਫਿਲਹਾਲ ਬਾਈ ਸਾਨੂੰ ਦਿਓ ਇਜਾਜ਼ਤ, ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਤਾਂ ਜੋ ਇਵੇਂ ਦੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਚਲੋ ਬਾਈ ਜੀ, ਚਾਹ ਪਾਣੀ ਪੀਂਦੇ, ਹੱਥ ਪਾਣੀ ਹੱਥ ਮੂੰਹ ਧੋ ਕੇ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ।